ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮੰਨੂ ਮੋੜ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੋਵੇਗਾ ਵੀਡੀਓ ਐਂਡ ਗ੍ਰਾਮ ਸੇਵਕ ਦੀ ਜਿਹੜੀ ਪੋਸਟਾਂ ਲਈ ਐਗਜ਼ਾਮ ਉਹ 18/9/2022 ਨੂੰ ਕੰਡਕਟ ਹੋ ਜਾਣਾ ਤੇ ਇਸ ਰਿਗਾਰਡਿੰਗ ਜਿਹੜਾ ਐਡਮਿਟ ਕਾਰਡ ਹੋਣੀ ਐ ਐਗਜ਼ਾਮ ਤੋਂ 5 ਦਿਨ ਪਹਿਲਾਂ ਇਹਨਾਂ ਦੀ ਆਫੀਸ਼ਲ ਵੈਬਸਾਈਟ ਉੱਪਰ ਇਹ ਚਾੜ ਦੇਣਗੇ ਜਿਵੇਂ ਹੀ ਇਹ ਲਿੰਕ ਜਨਰੇਟ ਕਰ ਦਿਆ ਤਾਂ ਮੈਂ ਤੁਹਾਨੂੰ ਇੱਕ ਵੀਡੀਓ ਪ੍ਰੋਵਾਈਡ ਕਰਵਾ ਦੇਵਾਂਗਾ ਜਿਸ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਆਨਲਾਈਨ ਮੋਬਾਈਲ ਤੇ ਆਪਣਾ ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰ ਸਕਦੇ ਹੋ ਕਾਫੀ ਬੱਚਿਆਂ ਦਾ ਸਵਾਲ ਆ ਰਿਹਾ ਹੈ ਕਿ ਸਰ ਇਹ ਐਗਜ਼ ਤੇ ਆਪਾਂ ਚਲੋ ਇਹਨਾਂ ਦੇ ਆਫੀਸ਼ਲ ਨੋਟੀਫਿਕੇਸ਼ਨ ਤੇ ਲੈ ਚ ਆਲਦੇ ਆ ਤੁਹਾਨੂੰ ਪੂਰਾ ਪ੍ਰੋਸੈਸ ਦੱਸ ਦਿੰਨਾ ਕਿ ਐਗਜ਼ਾਮ ਹੋਵੇਗਾ ਕਿਵੇਂ ਇੱਥੇ ਆਪਾਂ ਦੇਖ ਸਕਦੇ ਹਾਂ ਚੋਣ ਵਿਧੀ ਤੇ ਇੱਥੇ ਇਹਨਾਂ ਨੇ ਸਾਫ਼-ਸਾਫ਼ ਮੈਂਸ਼ਨ ਕੀਤਾ ਹੋਇਆ ਕਿ ਲਿਖਤੀ ਪ੍ਰੀਖਿਆ ਲਿਖਤੀ ਪ੍ਰੀਖਿਆ ਮਤਲਬ ਕੀ ਹੁੰਦਾ ਦੋਸਤੋ OMR ਸ਼ੀਟ ਤੇ ਐਗਜ਼ਾਮ ਹੋਵੇਗਾ ਨਾ ਕਿ CBT ਹੋਵੇਗਾ ਠੀਕ ਹੈ OMR ਸ਼ੀਟ ਤੇ ਕਿਵੇਂ ਹੁੰਦਾ ਐਗਜ਼ਾਮ ਉਹ ਵੀ ਤੁਹਾਨੂੰ ਮੈਂ ਸਮਝਾ ਦਿੰਨਾ ਤਾਂ ਦੋਸਤੋ ਇਹ ਹੁੰਦੀ ਹੈ OMR ਸ਼ੀਟ ਤੇ ਜਦੋਂ ਤੁਸੀਂ ਐਗਜ਼ਾਮ ਦੇਣੇ ਜਾਉਂਗੇ ਤੁਹਾਨੂੰ ਕੁਐਸਚਨ ਪੇਪਰ ਅਲੱਗ ਦਿੱਤਾ ਜਾਵੇਗਾ ਤੇ ਇੱਕ ਹੀ ਸ਼ੀਟ ਦਿੱਤੀ ਜਾਵੇਗੀ ਹੁਣ ਐਗਜ਼ੈਂਪਲ ਦੇ ਤੌਰ ਤੇ ਉੱਪਰ ਆਪਾਂ ਰੋਲ ਨੰਬਰ ਦਾ ਸੈਕਸ਼ਨ ਚੈੱਕ ਕਰੀਏ ਠੀਕ ਹੈ ਰੋਲ ਨੰਬਰ ਮੰਨ ਲਓ ਤੁਹਾਡਾ 442 ਹੈ ਠੀਕ ਹੈ 442 ਸਭ ਤੋਂ ਪਹਿਲਾਂ ਆਪਾਂ ਇੱਥੇ ਰੋਲ ਨੰਬਰ ਫਿਲ ਕਰਾਂਗੇ 442 ਆਪਣਾ ਠੀਕ ਹੈ ਉਸ ਤੋਂ ਬਾਅਦ ਨੀਚੇ ਸਿਮਲੈਲ ਵਿੱਚ ਦੇਖੋ ਇੱਥੇ ਆਪਾਂ ਚੌਕਾ ਕਿੱਥੇ ਆ ਚਾਰ ਨੂੰ ਆਪਾਂ ਇਸ ਤਰ੍ਹਾਂ ਕਵਰ ਕਰ ਦਾਂਗੇ ਪੂਰੀ ਤਰ੍ਹਾਂ ਡਾਰਕ ਕਰ ਦਾਂਗੇ ਇਸ ਤੋਂ ਬਾਅਦ 442 ਇੱਥੇ ਹੈ ਤਾਂ ਇਸ ਲਾਈਨ ਵਿੱਚ ਵੀ 4 ਨੂੰ ਆਪਾਂ ਚੰਗੀ ਤਰ੍ਹਾਂ ਕਵਰ ਕਰ ਦਾਂਗੇ ਇਸ ਤੋਂ ਬਾਅਦ 2 ਹੈ 2 ਨੂੰ ਆਪਾਂ ਚੰਗੀ ਤਰ੍ਹਾਂ ਕਵਰ ਕਰ ਦਾਂਗੇ ਇਸ ਤੋਂ ਬਾਅਦ ਇੱਕ ਐਗਜ਼ਾਮਪਲ ਦੇ ਤੌਰ ਤੇ ਕੋਈ ਵੀ ਲੈਟਰ ਡਿਜੀਟ ਹੈ ਇੱਥੇ ਉਹ ਸੇਮ ਸੇਮ ਇੰਨਾ ਕਾਲਮਸ ਇੰਨਾ ਜਿਹੜੇ ਸਰਕਲ ਨੇ ਇਹਨਾਂ ਨੂੰ ਆਪਾਂ ਕਵਰ ਕਰ ਦੇਣਾ ਵਾਂਗੇ ਠੀਕ ਹੈ ਇਹ ਤਰੀਕਾ ਹੁੰਦਾ ਹੈ ਸਹੀ ਤਰ੍ਹਾਂ OMR ਸ਼ੀਟ ਨੂੰ ਫਿਲ ਕਰਨ ਦਾ ਹੁਣ ਉਸ ਤੋਂ ਬਾਅਦ ਕੀ ਹੈ ਕੁਐਸਚਨ ਦੇਖਣਾ ਸਭ ਤੋਂ ਪਹਿਲਾਂ ਆਪਣੇ ਕੁਐਸਚਨ ਪੇਪਰ ਵਿੱਚ ਆਪਾਂ ਕੁਐਸਚਨ ਦੇਖਣਾ ਤਾਂ ਕੁਐਸਚਨ ਨੰਬਰ 1 ਇੱਥੇ ਆਪਾਂ ਦੇਖ ਸਕਦੇ ਇਹ ਕੁਐਸਚਨ ਨੰਬਰ 1 ਦੇ ਆਪਸ਼ਨ ਨੇ ਜਿਹੜੇ ਕੁਐਸਚਨ ਪੇਪਰ ਹੋਵੇਗਾ ਤੁਹਾਡੇ ਕੋਲੇ ਉਸ ਵਿੱਚ ਕੁਐਸਚਨ ਦਿੱਤਾ ਹੋਵੇਗਾ ਤੇ ਚਾਰ ਆਪਸ਼ਨ ਦਿੱਤੇ ਹੋਣਗੇ ਠੀਕ ਹੈ ਤੇ ਚਾਰ ਆਪਸ਼ਨ ਦਿੱਤੇ ਹੋਣਗੇ ਉਹਨਾਂ ਉੱਥੇ ਪੜ੍ਹ ਕੇ ਤੁਸੀਂ ਸਿਲੈਕਟ ਕਰ ਲੈਣਾ ਹੈ ਕਿ ਕਿਹੜਾ ਆਪਸ਼ਨ ਸਹੀ ਹੈ ਤਾਂ OMR ਸ਼ੀਟ ਤੇ ਆ ਕੇ ਆਪਾਂ ਸਹੀ ਆਪਸ਼ਨ ਨੂੰ ਐਗਜ਼ਾਮਪਲ ਦੇ ਤੌਰ ਤੇ ਪਹਿਲੇ ਕੁਐਸਚਨ ਨੰਬਰ 1 ਦਾ ਆਪਸ਼ਨ ਨੰਬਰ B ਰਾਈਟ ਆਨਸਰ ਹੈ ਤਾਂ ਆਪਸ਼ਨ ਨੰਬਰ B ਨੂੰ ਹੀ ਆਪਾਂ ਇਸ ਤਰ੍ਹਾਂ ਡਾਰਕ ਕਰ ਦਾਂਗੇ ਬਿਲਕੁਲ ਹੀ ਕਵਰ ਕਰ ਦੇਣਾ ਦੋਸਤੋ ਕਈ ਬੱਚੇ ਕਰਦੇ ਕਿ ਨੇ OMR ਸ਼ੀਟ ਵਿੱਚ ਸਿਰਫ ਆਪਣਾ ਰੋਲ ਨੰਬਰ ਤੇ ਟੈਸਟ ਆਈਡੀ ਵਗੈਰਾ ਸਾਰਾ ਕੁਝ ਫਿਲ ਕਰ ਦਿੰਦੇ ਨੇ ਠੀਕ ਹੈ ਤੇ ਜਿਹੜਾ ਕੁਐਸਚਨ ਦੇ ਟਿਕ ਮਾਰ ਲਗਾਣੀ ਹੈ ਕਈ ਬੱਚੇ ਐਵੇਂ ਕਰ ਦਿੰਦੇ ਨੇ ਕਿ ਜਿਹੜਾ ਕੁਐਸਚਨ ਪੇਪਰ ਹੁੰਦਾ ਉਹਨਾਂ ਵਿੱਚ ਆਫਰ ਦਿੱਤੇ ਹੁੰਦੇ ਨੇ A B C D ਉੱਥੇ ਹੀ ਉਹ ਟਿਕ ਮਾਰ ਲਗਾ ਦਿੰਦੇ ਨੇ ਕਾਫੀ ਬੱਚਿਆਂ ਤੋਂ ਇਹ ਗਲਤੀ ਹੋਈ ਹੈ ਤਾਂ ਕਰਕੇ ਕਨਫਿਊਜ਼ ਨਾ ਹੋ OMR ਸ਼ੀਟ ਹੀ ਤੁਹਾਡੀ ਚੈੱਕ ਹੋਣੀ ਹੈ ਤੇ OMR ਸ਼ੀਟ ਤੇ ਹੀ ਆਪਾਂ ਆਂਸਰ ਆਪਸ਼ਨ ਦੇ ਰੂਪ ਵਿੱਚ ਜਿਹੜੇ ਵੀ ਆਨਸਰ ਟਿਕ ਕਰਨੇ ਆ ਠੀਕ ਹੈ ਐਨੀ ਗੱਲ ਜੇ ਤੁਹਾਨੂੰ ਸਮਝ ਆ ਗਈ ਤਾਂ ਵੀਡੀਓ ਵੇਸੇ ਯੈਸ ਲਿਖ ਕੇ ਕਮੈਂਟ ਜਰੂਰ ਕਰ ਦਿਓ ਹੁਣ ਜਦੋਂ ਤੁਸੀਂ ਇਹ ਇਗਜ਼ਾਮ ਦੇ ਲਿਆ ਇਗਜ਼ਾਮ ਦੇਣ ਤੋਂ ਬਾਅਦ ਕੀ ਇੱਕ ਮੈਰਿਟ ਲਿਸਟ ਬਣੇਗੀ ਇੱਥੇ ਇਹਨਾਂ ਨੇ ਸਾਫ਼-ਸਾਫ਼ ਮੈਂਸ਼ਨ ਕੀਤਾ ਹੈ ਮੈਰਿਟ ਦੇ ਮੁਤਾਬਿਕ ਬੋਰਡ ਵੱਲੋਂ ਲੈ ਕੇ ਫੈਸਲਾ ਦਿੱਤਾ ਹਰ ਤੱਕ ਕਾਉਂਸਲਿੰਗ ਹੋਗੀ ਮੈਰਿਟ ਲਿਸਟ ਬਣੇਗੀ ਐਗਜ਼ਾਮਪਲ ਦੇ ਤੌਰ ਤੇ ਮੈਰਿਟ ਲਿਸਟ ਜਨਰਲ ਕੈਟਾਗਰੀ ਦੀ ਆਪਾਂ ਮੰਨ ਕੇ ਚੱਲੀਏ ਤਾਂ 85% ਤੱਕ ਜਾ ਸਕਦੀ ਹੈ ਠੀਕ ਹੈ ਤੇ 85% ਤੱਕ ਜਨਰਲ ਕੈਟਾਗਰੀ ਦੀ ਮੈਰਿਟ ਲਿਸਟ ਹੁਣ ਨੀਚੇ ਸੈਕੰਡ ਆਪਸ਼ਨ ਵਿੱਚ ਇਹਨਾਂ ਨੇ ਕੀ ਲਿਖਿਆ ਹੈ ਜੇਕਰ ਕੈਂਡੀਡੇਟਸ ਨੇ ਮੰਨ ਲਓ ਚਾਰ ਕੈਂਡੀਡੇਟਸ ਨੇ ਚਾਰ ਕੈਂਡੀਡੇਟਸ ਦੇ ਹੀ 84 84 84 ਨੰਬਰ ਨੇ ਠੀਕ ਹੈ 84 ਨੰਬਰ ਨੇ ਹੁਣ ਇਹਨਾਂ ਵਿੱਚੋਂ ਕਿਹੜਾ ਐਗਜ਼ਾਮ ਮਤਲਬ ਕਿ ਕਿਸ ਕਿਹੜੇ ਕੈਂਡੀਡੇਟ ਦੀ ਸਿਲੈਕਸ਼ਨ ਹੋਵੇਗੀ ਉਸ ਬਾਰੇ ਇੱਥੇ ਮੈਂਸ਼ਨ ਕੀਤਾ ਹੋਇਆ ਜੇ ਦੇਖੋ ਇੱਥੇ ਇਹਨਾਂ ਨੇ ਸਾਫ਼-ਸਾਫ਼ ਲਿਖਿਆ ਹੋਇਆ ਜੇ ਬਰਾਬਰ ਅੰਕ ਹਾਸਲ ਉਮੀਦਵਾਰਾਂ ਦੀ ਜਨਮ ਮਿਤੀ ਨੂੰ ਵਿਚਾਰਿਆ ਜਾਵੇ ਭਾਣ ਦਾ ਮਤਲਬ ਹੈ ਕਿ ਜੇ ਚਾਰ ਜਣਾਂ ਦੇ ਚਾਰਸੀ ਜਰਾਸੀ ਨੰਬਰ ਆ ਗਏ ਤੇ ਇੱਕ ਦੀ ਉਮਰ ਕਿੰਨੀ ਹੈ 26 ਸਾਲ ਹੈ ਇੱਕ ਦੀ 25 ਸਾਲ ਹੈ ਇੱਕ ਦੀ 23 ਸਾਲ ਹੈ ਇੱਕ ਦੀ 22 ਸਾਲ ਹੈ ਠੀਕ ਹੈ ਤਾਂ ਇਸ ਕੇਸ ਵਿੱਚ ਕੀ ਹੋਵੇਗਾ ਜਿਸ ਦੀ ਉਮਰ ਜ਼ਿਆਦਾ ਹੋਵੇਗੀ 84% ਵਾਲੇ ਦੀ ਜਿਸ ਦੀ ਉਮਰ ਜ਼ਿਆਦਾ ਹੋਵੇਗੀ ਉਸ ਦਾ ਸਿਲੈਕਸ਼ਨ ਹੋਵੇਗਾ ਨਾ ਕਿ ਘੱਟ ਉਮਰ ਵਾਲੇ ਦੇ ਓਕੇ ਇਹ ਗੱਲ ਵੀ ਧਿਆਨ ਵਿੱਚ ਰੱਖਿਆ ਤੁਸੀਂ ਬਾਕੀ ਹੋਰ ਵੀ ਬਹੁਤ ਕ੍ਰਾਈਟੇਰੀਆ ਹੈ ਬਾਕੀ ਤੁਸੀਂ ਦੇਖ ਲਓ ਇੱਕ ਵਾਰੀ ਪੰਜਾਬੀ ਵਿੱਚ ਲਿਖਿਆ ਚੰਗੀ ਤਰ੍ਹਾਂ ਪੜ ਲਿਓ ਜਿਸ ਦਾ ਸਿਲੈਕਸ਼ਨ ਕ੍ਰਾਈਟੇਰੀਆ ਕੀ ਰਹੇਗਾ ਬਾਕੀ ਜੇ ਹੋਰ ਕੋਈ ਵੀ ਸਵਾਲ ਤੁਹਾਡੇ ਮਨ ਵਿੱਚ ਹੈ ਤਾਂ ਵੀਡੀਓ ਵਿੱਚ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ